ਹੈਲੋ ਦੋਸਤੋ, ਉਸ ਵਕਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ ਤੰਬਾਈ ਜੀ ਲੈ ਕੇ ਹਾਜ਼ਰ ਹਾਂ ਆਪਾਂ ਅੱਜ ਹੁਣ ਬੜੇ ਕਬੱਡੀ ਟੂਰਨਾਮੈਂਟਾਂ ਦੀ ਕੁਝ ਅਪਡੇਟ। ਤਾਂ ਦੋਸਤੋ, ਅੱਜ ਸਭ ਤੋਂ ਪਹਿਲਾਂ ਵਧੀਆ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਿੰਡ ਸੈਦੇ ਸ਼ਾਹ ਵਾਲਾ, ਜ਼ਿਲ੍ਹਾ ਮੋਗਾ ਵਿਖੇ। ਇੱਥੇ ਅੱਜ ਆਲ ਓਪਨ ਦੇ 8 ਕਲੱਬਾਂ ਦੇ ਮੈਚ ਹੋਣਗੇ, ਜਿਸ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲਾ, ਮਨੂ ਮਸਾਣਾ ਕਬੱਡੀ ਕਲੱਬ ਮਾਝਾ ਘਰਿਆਲਾ, ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਜੋਗੇ ਵਾਲਾ, ਗੱਗੀ ਲੋਪੋ ਐਂਡ ਸੰਦੀਪ ਨੰਗਲੰਬੀਆ ਕਬੱਡੀ ਕਲੱਬ ਮਾਲਵਾ, ਮਾਨਕ ਕਬੱਡੀ ਕਲੱਬ ਫਗਵਾੜਾ, ਡੀ ਏ ਵੀ ਕਬੱਡੀ ਕਲੱਬ ਜਲੰਧਰ, ਸੰਤ ਬਾਬਾ ਸ਼ਹੀਦ ਕਰਮ ਸਿੰਘ ਜੀ ਕਬੱਡੀ ਕਲੱਬ ਇੰਦਰਗੜ੍ਹ ਅਤੇ ਬਾਬਾ ਬਿਸ਼ਨ ਦਾਸ ਜੀ ਸਪੋਰਟਸ ਕਲੱਬ ਨੱਥੂ ਚੱਕ ਦੀਆਂ ਟੀਮਾਂ ਖੇਡਣਗੀਆਂ। ਤਾਂ ਦੋਸਤੋ, ਅੱਜ ਇੱਥੇ ਸਾਰੇ ਚੋਟੀ ਚੋਟੀ ਦੇ ਕਲੱਬ ਪਹੁੰਚ ਰਹੇ ਨੇ। ਹਾਲਾਂਕਿ ਦੋਸਤੋ, ਇਹਨਾਂ ਨੇ ਇਨਾਮਾਂ ਬਾਰੇ ਕੁਝ ਦੱਸਿਆ ਨਹੀਂ। ਬਾਕੀ ਜਿੱਥੋਂ ਤੱਕ ਪਲੇਅਰਾਂ ਦੀ ਗੱਲ ਹੈ, ਤਾਂ ਅੱਜ ਇੱਥੇ ਦੀਪ ਦਬੁਰਜੀ ਹੋਰੀ ਖੇਡਣਗੇ, ਗੁਰਵਿੰਦਰ ਘਾਂਗੇ ਵਾਲੇ ਹੋਰੀ, ਬੁਲਟ ਖੀਰਾਂ ਵਾਲ ਵਰਗੇ, ਸਨੀ ਕਾਲਾ ਸੰਘਿਆਂ ਵਰਗੇ, ਸ਼ਰਨਾ ਡੱਗੋ ਰੋਮਾਣਾ ਹੋਰੀ, ਛੋਟੇ ਨਾਥ ਵਰਗੇ, ਰਵੀ ਕੈਲਰਮ ਹੋਰੀ ਅਤੇ ਹੋਰ ਕਾਫੀ ਸਾਰੇ ਛੋਟੀ ਛੋਟੀ ਦੇ ਪਲੇਅਰ ਅੱਜ ਇੱਥੇ ਖੇਡਣੇ ਨੇ। ਬਾਕੀ ਦੋਸਤੋ, ਇਹਨਾਂ ਮੈਚਾਂ ਦਾ ਲੈਵ ਚੱਲੇਗਾ ਪੰਜਾਬ 11 'ਤੇ। ਉਸ ਤੋਂ ਅੱਗੇ ਦੋਸਤੋ, ਅੱਜ ਇੱਕ ਹਰਿਆਣਾ ਵਿਖੇ ਵੀ ਵਧੀਆ ਕਬੱਡੀ ਕੱਪ ਹੋਵੇਗਾ। ਇਹ ਕਬੱਡੀ ਕੱਪ ਹੋਣਾ ਹੈ ਪਿੰਡ ਮੁੱਦੜੀ, ਹਲਕਾ ਕੈਥਲ ਵਿਖੇ। ਇੱਥੇ ਦੋਸਤੋ ਅੱਜ ਓਪਨ ਕਬੱਡੀ ਦੇ ਵਿੱਚ 2 ਪਲੇਅਰ ਬਾਹਰੋਂ ਖੇਡ ਸਕਦੇ ਨੇ। ਓਪਨ ਕਬੱਡੀ ਦੇ ਲਈ ਪਹਿਲਾ ਇਨਾਮ 71,000, ਦੂਜਾ ਇਨਾਮ 52,000, ਤੀਜਾ ਇਨਾਮ 11,000, ਜਦੋਂ ਕਿ ਬੈਸਟਾਂ ਨੂੰ ਵੀ ਇੱਥੇ 11,000 ਰੁਪਏ ਦਿੱਤਾ ਜਾਵੇਗਾ। ਤਾਂ ਦੋਸਤੋ, ਇਹਨਾਂ ਮੈਚਾਂ ਦਾ ਲੈਬ ਚੱਲੇਗਾ ਕਬੱਡੀ ਲੈਬ 365 'ਤੇ। ਤਾਂ ਇਹ ਸੀ ਦੋਸਤੋ ਅੱਜ ਹੋਣ ਵਾਲੇ ਕੁਝ ਕਬੱਡੀ ਦੇ ਮੈਚ। ਬਾਕੀ ਹੋਰ ਆਉਣ ਵਾਲੇ ਕਬੱਡੀ ਕੱਪਾਂ ਦੀ ਜਾਣਕਾਰੀ ਦੇ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਕੀ ਬਾਈ, ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ।